ਸਤਿਗੁਰ ਮੋਕੋ ਹਰ ਨਾਮ ਬਤਾਇਆ, ਸਤਿਗੁਰ ਮੋਕੋ ਹਰ ਨਾਮ ਬਤਾਇਆ, ਸਤਿਗੁਰ ਮੋਕੋ ਹਰ ਨਾਮ ਬਤਾਇਆ, ਹੋ ਹਰ ਬਿਨ ਖੇਨ ਪਲ ਰਹਿ ਨਾ ਸਕੋ, 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 ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੇ, ਜੈਸੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਵਧੀਆ ਲੱਗਿਆ। ਹੁਣ ਮੇਰਾ ਵਿਆਹ 1993 ਵਿੱਚ ਹੋਇਆ ਸੀ, ਹੁਣ ਮੈਂ 30 ਸਾਲ ਬਾਅਦ ਆਈ ਹਾਂ ਅੰਮ੍ਰਿਤਸਰ, ਤਾਂ ਬੱਚਿਆਂ ਨੂੰ ਵੀ ਨਾਲ ਮੈਂ ਲੈ ਕੇ ਆਈ ਹਾਂ। ਬਹੁਤ ਹੀ ਅੱਛਾ ਲੱਗਿਆ। ਬਿਲਕੁਲ ਜੀ, ਬੜਾ ਜਿੱਦਾਂ ਮਨ ਨੂੰ ਸ਼ਾਂਤੀ ਆਈ ਆ, ਬੱਚਿਆਂ ਨੇ ਵੀ ਬਹੁਤ ਹੀ ਪਸੰਦ ਕੀਤਾ, ਸਰ ਪੂਰਾ ਪਰਿਵਾਰ ਮੇਰੇ ਨਾਲ ਆਇਆ ਹੈਗੇ, ਸਾਰੇ ਬੜੇ ਖੁਸ਼ ਹੈਗੇ ਆ। ਤਾਂ ਹੁਣ ਅਸੀਂ, ਮੈਂ ਹੁਣ ਜਿਵੇਂ ਮੈਂ ਕਹਿ ਰਹੀ ਸੀ, 30 ਸਾਲ ਬਾਅਦ ਮੈਂ ਆਈ ਹਾਂ, ਹੁਣ ਮੈਂ ਕੋਸ਼ਿਸ਼ ਕਰਾਂਗੀ ਕਿ ਹਰੇਕ ਦੂਜੇ ਸਾਲ ਮੈਂ ਆਵਾਂਗੀ। ਤਾਂ ਅਸੀਂ ਹੁਣ ਇੱਥੇ ਬਹੁਤ ਟਾਈਮ ਵੀ ਸਪੈਂਡ ਕੀਤਾ, ਮੱਥਾ ਟੇਕਿਆ, ਲੰਗਰ ਵੀ ਛਕਿਆ, ਬਹੁਤ ਹੀ ਅੱਛਾ ਲੱਗਿਆ। ਬਸ ਫੈਮਲੀ ਦੀ ਸੁਰੱਖਿਆ ਵਾਸਤੇ, ਫੋਰ ਸਕਸੈਸ ਐਂਡ ਹੈਪੀਨੈਸ ਐਂਡ ਪ੍ਰੋਸਪੈਰਿਟੀ, ਜੋ ਸਭ ਮੰਗਦੇ ਹੈਗੇ ਆਪਣੇ ਪਰਿਵਾਰ ਵਾਸਤੇ। ਅਸੀਂ ਸੋਚ ਰਹੇ ਹੈਗੇ ਹਾਂ, ਕੱਲ੍ਹ ਅਸੀਂ ਵਾਹਗਾ ਬੋਰਡਰ ਤੱਕ ਅਸੀਂ ਗਏ ਸੀ, ਉੱਥੇ ਵੀ ਬਹੁਤ ਇੰਜੋਏ ਕੀਤਾ। ਹੁਣ ਸਾਡੇ ਇੱਥੇ ਫੈਮਲੀ ਮੈਂਬਰਸ ਵੀ ਹੈਗੇ ਆ, ਲੁਧਿਆਣਾ ਵੀ, ਚੰਡੀਗੜ੍ਹ, ਹੁਣ ਅਸੀਂ ਉਹਨਾਂ ਨੂੰ ਜਾ ਕੇ ਮਿਲਣਾ ਹੈਗਾ। ਤੈਸੇ ਹਰ ਜਾ